ਇਹ ਗੱਲ ਬੇਟਾ ਹੈਗੀ ਆ ਦੇਖ, ਹੈ ਨਾ, ਮਤਲਬ ਸ਼ੁਭਦੀਪ ਦੇ ਟਾਈਮ ਤੋਂ ਲਾ ਲਓ, ਹੁਣ ਵੀ ਲਾ ਲਓ, ਹੈ ਨਾ, ਅਸੀਂ ਇੱਕ ਮੇਰਾ ਜਿਹੜਾ ਪਰਿਵਾਰ ਆ ਇਹ ਪ੍ਰੋਡਕਟ ਜ਼ਿਆਦਾ ਬਣੇ ਹੀ ਰਿਹਾ। ਸ਼ੁਭਦੀਪ ਦੇ ਜਿਉਂਦੇ ਵੀ ਪ੍ਰੋਡਕਟ ਹੀ ਸੀ ਅਸੀਂ, ਕਿਉਂਕਿ ਜਿਹੜੀ ਚੀਜ਼ ਵਿਕਦੀ ਹੈ ਉਹਨੂੰ ਹਰ ਇੱਕ ਬੰਦਾ ਕੈਸ਼ ਕਰਨ ਦੀ ਕੋਸ਼ਿਸ਼ ਤਾਂ ਕਰਦਾ ਹੀ ਹੈ। ਕੋਈ ਜ਼ਰੂਰੀ ਨਹੀਂ ਵੀ ਕੋਈ ਪੋਲੀਟੀਸ਼ਨ ਲੀਡਰ ਹੀ ਕਰਦੇ ਨੇ, ਕੋਈ ਵੀ ਕੋਈ ਬੰਦਾ ਹੱਥ ਵੀ ਮਿਲਾਉਂਦਾ ਨਾ, ਮੇਰਾ ਖਿਆਲ ਉਹਦਾ ਵੀ ਕੋਈ ਨਾ ਕੋਈ ਮਤਲਬ ਤਾਂ ਹੁੰਦਾ ਹੈ। ਤਾਂ ਮੈਂ ਇਹ ਕਹਿ ਦੇਵਾਂ ਵੀ ਵੀ ਮੈਂ ਚੁੱਪ ਰਹਿਣ 'ਚ ਜ਼ਿਆਦਾ ਸ਼ਾਂਤੀ ਲੱਗਦੀ ਹੈ ਇਸ ਮਾਮਲੇ 'ਚ ਵੀ, ਥੋੜ੍ਹਾ ਵੀ ਇਸ ਮਾਮਲੇ 'ਤੇ ਜੇ ਮੈਂ ਜਿੰਨਾ ਘੱਟ ਬੋਲਾਂ, ਪ੍ਰੋਡਕਟ ਵਾਲੀ ਗੱਲ ਹੈਗੀ ਹੈ। ਮੈਂ ਤਾਂ ਹੁਣ ਦੋ ਤਿੰਨ ਵਾਰੀ ਜਿਹੜੀ ਮੈਂ ਲਾਈਵ ਹੁੰਦਾ ਸੰਡੇ ਨੂੰ, ਮੈਂ ਇਹ ਗੱਲ ਕਿਹਾ ਵੀ ਭਾਈ ਮੈਂ ਹੁਣ ਮੇਰੇ ਪੁੱਤ ਦਾ ਅਫਸੋਸ ਕਰਨਾ ਬੰਦ ਕਰਤਾ, ਅਤੇ ਤੁਹਾਡੀ ਮਰਜ਼ੀ ਹੈ, ਤੁਸੀਂ ਟ੍ਰਿਬਿਊਟ ਦੇਣਾ ਚਾਹੁੰਦੇ ਹੋ ਕਿਸੇ ਤਰੀਕੇ ਨਾਲ, ਤੁਹਾਡਾ ਆਪਣਾ ਤਰੀਕਾ, ਦੇ ਸਕਦੇ ਹੋ ਤਾਂ ਨਹੀਂ ਮੇਰੇ ਵੱਲੋਂ ਮੈਨੂੰ ਕੋਈ ਇਤਰਾਜ਼ ਨਹੀਂ, ਜੇ ਤੁਸੀਂ ਨਹੀਂ ਵੀ ਦਿਓਗੇ ਤਾਂ ਵੀ ਮੈਂ ਖੁਸ਼ ਹਾਂ। ਉਹਦੀ ਵਜ੍ਹਾ ਹੀ ਸੀ ਕੋਈ ਕਹਿਣ ਦੀ, ਕਿਉਂਕਿ ਟ੍ਰਿਬਿਊਟ ਦੇ ਪਿੱਛੇ, ਹਮਦਰਦੀ ਦੇ ਪਿੱਛੇ ਵੀ ਜਦੋਂ ਮੈਨੂੰ ਦਿਸਣ ਲੱਗ ਗਿਆ ਨਾ ਕੋਈ ਪੱਤਾ ਹੋਰ ਹੈ ਥੱਲੇ, ਤਾਂ ਮੈਂ ਇਸ ਕਰਕੇ ਮੈਂ ਟ੍ਰਿਬਿਊਟ ਤੋਂ ਔਰ ਅਫਸੋਸ ਤੋਂ ਵੀ ਪਾਸਾ ਵੱਟਣ ਲੱਗ ਗਿਆ। ਪਰ ਜਿਹੜੇ ਸਿੱਧੂ ਨੂੰ ਚਾਹੁਣ ਵਾਲੇ ਨੇ, ਜਿਹੜੇ ਉਹਦੀ ਗਾਇਕੀ ਨੂੰ ਪਿਆਰ ਕਰਦੇ, ਹਾਂਜੀ, ਉਹ ਅੱਜ ਵੀ ਖੜੇ ਗੇਟ 'ਤੇ ਆ ਦੇਖੋ, ਉਹਨਾਂ ਲਈ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਨੇ, ਔਰ ਉਹ ਮੇਰੇ ਕੋਲ ਆਉਂਦੇ ਰਹਿਣਗੇ, ਮੈਂ ਉਹਨਾਂ ਕੋਲ ਜਾਂਦਾ ਰਹੂੰਗਾ। ਕੋਈ ਜ਼ਰੂਰੀ ਨਹੀਂ ਵੀ ਸਾਡੇ ਕੋਲ ਕੋਈ ਏਜੰਡਾ ਮੇਰੇ ਕੋਲ ਪੋਲੀਟੀਕਲ ਹੋਵੇ, ਮੈਂ ਤਾਂ ਹੀ ਉਹਨਾਂ ਦੇ ਦਰ 'ਤੇ ਜਾਊਂਗਾ, ਜਾਂ ਉਹ ਮੇਰੇ ਕੋਲ ਤਾਂ ਆਉਣਗੇ, ਇੱਦਾਂ ਦੀ ਕੋਈ ਗੱਲ ਨਹੀਂ। ਫਿਲਹਾਲ ਜਿਹੜਾ ਸਾਡਾ ਪੂਰਾ ਧਿਆਨ ਹੈ ਉਹ ਸੰਘਰਸ਼ ਦੇ ਉੱਤੇ ਹੈ, ਔਰ ਇਹਨੂੰ ਆਖਰੀ ਸਾਹ ਤੱਕ ਲੜਾਂਗੇ। ਹਾਂ, ਜੇ ਕੱਲ੍ਹ ਨੂੰ ਸਾਡੇ ਸੰਘਰਸ਼ ਨੂੰ ਵੀ ਐਂ ਲੱਗਿਆ ਵੀ ਸਾਨੂੰ ਕੁਛ ਨਾ ਕਿਸੇ ਪਾਸੋਂ ਹੋਰ ਤਾਕਤ ਲੈਣੀ ਚਾਹੀਦੀ ਹੈ, ਫਿਰ ਜਿਵੇਂ ਕੋਈ ਪਬਲਿਕ ਦਾ ਫੈਸਲਾ ਹੋਊਗਾ ਆਪਾਂ ਉਵੇਂ ਵੀ ਚੱਲ ਸਕਦੇ, ਪਰੰਤੂ ਅੱਜ ਦੀ ਘੜੀ ਮੈਂ ਕੁਛ ਕਹਾਂ ਤਾਂ ਮਾਫ਼ੀ ਚਾਹੂੰਗਾ।